मैं तुहाडे नाल ना एक कहानी सांझी करदा वां। कोई ना एक बड़ा अमीर बंदा सीगा, बंदा बड़ा अमीर सीगा ते ओह कोठी पाउण डिया सी अपनी। सवेर नूं 10 मजदूर लैके आया, सवेर नूं 10 मजदूर लैके आया, कोई एनआरआई बंदा सीगा। ते दुपहर नूं ठेकेदार ने कहा जी 10 बंदिआं दी लोड़ होर पै गई है। जदों दुपहर जी होई लैंडर पैण डिया होणा शायद कोठी च, ਉਹ 10 ਬੰਦੇ ਹੋਰ ਮਜ਼ਦੂਰ ਲੈ ਆਇਆ। ਜਦੋਂ ਸ਼ਾਮ ਕਰੀ ਪਈ 2 ਘੰਟੇ ਦਾ ਕੰਮ ਰਹਿ ਗਿਆ, ਠੇਕੇਦਾਰ ਨੇ ਫਿਰ ਕਹਿਤਾ ਕਹਿੰਦਾ ਜੀ 10 ਬੰਦਿਆਂ ਦੀ ਲੋੜ ਹੁਣ ਹੋਰ ਪੈ ਗਈ ਹੈ। ਉਹ ਸ਼ਾਮ ਨੂੰ 10 ਬੰਦੇ ਹੋਰ ਲੈ ਆਇਆ, ਟੋਟਲ 30 ਬੰਦੇ ਹੋ ਗਏ ਉਹਦੇ ਕੋਲ 30 ਬੰਦੇ। ਤੇ ਸ਼ਾਮ ਨੂੰ ਦਿਹਾੜੀ ਲੈਣ ਜਦੋਂ ਕੰਮ ਮੁੱਕਾ, ਟਾਈਮ ਮੁੱਕਾ, ਉਹ ਦਿਹਾੜੀ ਲੈਣ ਲਈ ਸਾਰੇ ਖਲੋਤੇ ਸੀ। ਅੱਛਾ ਉਹਨੇ ਹੁਣ ਜਦੋਂ ਦਿਹਾੜੀ ਲੈਣ ਦੀ ਵਾਰੀ ਆਈ, ਉਹਨੇ ਸਭ ਤੋਂ ਪਹਿਲਾਂ ਜਿਹੜੀ ਨਾ ਉਹ ਸਵੇਰ ਵਾਲਿਆਂ ਨੂੰ ਦਿਹਾੜੀ ਦਿੱਤੀ, ਜਿਹੜੇ ਸਵੇਰੇ ਆਏ ਸੀ 10 ਬੰਦੇ। ਉਹਨਾਂ ਨੂੰ ਕਹਿੰਦੇ ਕਿੰਨੇ ਕਿੰਨੇ ਤੁਹਾਡੇ ਬੰਦੇ? ਉਹ ਕਹਿੰਦਾ ਜੀ ਸਾਡਾ 300-300 ਰੁਪਇਆ ਬਣਦਾ। ਉਹਨੇ 300-300 ਰੁਪਇਆ ਉਹਨਾਂ ਨੂੰ ਦਿਹਾੜੀ ਦੇ ਦਿੱਤੀ। ਉਹ ਬੜੇ ਖੁਸ਼ ਹੋਏ। 300-300 ਦੇਣਾ ਸੀ, ਕਹਿੰਦਾ ਚੱਲ ਯਾਰ 100-100, 200-200 ਬਾਅਦ ਦੇ ਦਿਓ। ਬੰਦਾ ਅਮੀਰ ਸੀਗਾ, ਉਹਨੇ 500-500 ਦੇ ਦਿੱਤਾ। ਉਹਨੇ 500-500 ਦੇ ਦਿੱਤਾ, ਉਹਨੂੰ ਬੜੇ ਖੁਸ਼ ਹੋਏ ਵੀ ਲੈ ਬੜਾ ਵਾਲਾ ਬੰਦਾ, ਦਿਲਦਾਰ ਬੰਦਾ ਹੀ ਨਾ। 300-300 ਦਿਹਾੜੀ, 500-500 ਦੇ ਦਿੱਤਾ। ਜਿਹੜੇ ਅਗਲੇ ਦੁਪਹਿਰੇ ਆਏ ਸੀ ਨਾ, ਉਹਨਾਂ ਨੂੰ ਬੁਲਾਇਆ, ਕਹਿੰਦੇ ਵੀ ਹਾਂ ਤੁਹਾਡੀ ਕਿੰਨੀ ਦਿਹਾੜੀ ਆ? ਕਹਿੰਦੇ ਆਏ ਤੇ ਆਪਾਂ ਭਾਵੇਂ ਦੁਪਹਿਰੇ ਆ ਪਰ ਦਿਹਾੜੀ ਪੂਰੀ ਬਣਦੀ ਆ। ਉਹ ਕਹਿੰਦਾ ਇਹਨਾਂ ਨੂੰ ਵੀ 500-500 ਦੇ ਦਿਓ। ਉਹਨੇ ਨਾ ਜਦੋਂ ਉਹਨਾਂ ਨੂੰ 500-500 ਦਿੱਤਾ ਨਾ, ਤੇ ਜਿਹੜੇ ਸਵੇਰ ਵਾਲੇ ਸੀ ਨਾ, ਉਹਨਾਂ ਦੀ ਸਾਰੀ ਖੁਸ਼ੀ ਗਾਇਬ ਹੋ ਗਈ। ਉਹ ਮਰਨ ਵਾਲੇ ਹੋ ਗਏ। ਉਹ ਕਹਿੰਦਾ ਹੱਦ ਹੋ ਗਈ ਯਾਰ, ਅਸੀਂ ਸਵੇਰ ਤੋਂ ਕੰਮ ਕਰਨ ਦੇ, ਇਹ ਦੁਪਹਿਰੇ ਆ ਗਏ, ਸਾਡੇ ਜਿੰਨੇ ਪੈਸੇ ਲੱਗ ਗਏ। ਅਸੀਂ ਜਦੋਂ ਉਹ ਰਾਤ ਨੂੰ ਜਿਹਨਾਂ ਦੇ 2 ਘੰਟੇ ਰਹਿੰਦੇ ਸੀ ਨਾ, ਉਹਨਾਂ ਨੂੰ ਸੱਦਿਆ ਨਾ, ਉਹ ਕਹਿੰਦੇ ਜੀ ਦਿਹਾੜੀ ਤੇ ਸਾਡੀ ਵੀ ਪੂਰੀ ਆ। ਉਹ ਕਹਿੰਦਾ ਇਹਨਾਂ ਨੂੰ ਵੀ ਦੇ ਦਿਓ 500-500 ਹੀ। ਬੰਦਾ ਦਲੇਰ ਸੀ, ਅਮੀਰ, ਕਹਿੰਦਾ ਉਹ ਠੇਕੇਦਾਰ ਕਹਿੰਦਾ ਇਹਨਾਂ ਨੂੰ ਕਾਹਲੀ 500-500? ਉਹ ਕਹਿੰਦਾ ਮੇਰੇ ਕੋਲ ਪੈਸੇ ਬਹੁਤ ਆ, ਮੈਨੂੰ ਮੈਨੂੰ ਕੋਈ ਟੈਨਸ਼ਨ ਨਹੀਂ ਪੈਸੇ ਦੇ ਲੈਂਦੀ, ਦੇ ਦਿਓ ਇਹਨਾਂ ਨੂੰ ਵੀ, ਇਹਨਾਂ ਨੇ ਮਿਹਨਤ ਕੀਤੀ ਆ। ਅੱਛਾ ਜਦੋਂ ਇਹਨਾਂ ਇਹ ਸ਼ਾਮ ਨੂੰ ਜਿਹੜੇ 2 ਘੰਟੇ ਆਏ, ਜਦੋਂ ਇਹਨਾਂ ਨੂੰ 500-500 ਮਿਲਿਆ ਨਾ, ਉਹ ਜਿਹੜੇ ਦੂਜੇ 20 ਜਣੇ ਸੀ ਨਾ, ਉਹ ਨਾਰਾਜ਼ ਇੰਨੇ ਹੋ ਗਏ, ਕਹਿੰਦੇ ਅਸੀਂ ਪੈਸੇ ਨਹੀਂ ਲੈਣੇ, ਉਹਨੂੰ ਪੈਸੇ ਮੋੜ ਚੱਲ ਗਏ। ਕਹਿੰਦੇ ਹੱਦ ਹੋ ਗਈ ਤੇਰੇ ਵਾਲੀ, ਹੱਦ ਹੋ ਗਈ ਤੇਰੇ ਵਾਲੀ, ਅਸੀਂ ਸਵੇਰ ਦੇ ਲੱਗੇ ਹਾਂ, ਦੁਪਹਿਰ ਨੇ ਕਹਿੰਦੇ ਅਸੀਂ ਦੁਪਹਿਰ ਦੇ ਲੱਗੇ ਹਾਂ, ਆ ਜਿਹੜੇ ਸ਼ਾਮਾਂ ਨੂੰ 2 ਘੰਟੇ ਕੰਮ ਕੀਤੇ, ਇਹਨਾਂ ਨੂੰ ਸਾਡੇ ਜਿੰਨੇ ਪੈਸੇ ਦੇ ਦਿੱਤੇ। ਉਹ ਕਹਿੰਦਾ ਤੁਹਾਨੂੰ ਤੁਹਾਡੇ ਪੂਰੇ ਨਹੀਂ ਮਿਲੇ ਜਿੰਨਾ ਹੱਕ ਬਣਦਾ ਸੀ? ਉਹ ਕਹਿੰਦਾ ਨਹੀਂ ਜੀ, ਵੱਧ ਮਿਲੇ ਆ। ਕਹਿੰਦਾ ਤੁਸੀਂ ਤਾਂ ਵੀ ਇੰਨੇ ਦੁਖੀ ਜੇ? ਉਹ ਕਹਿੰਦੇ ਨਹੀਂ, ਸਾਨੂੰ ਇਹ ਗੱਲ ਦੀ ਤਕਲੀਫ ਨਹੀਂ, ਸਾਨੂੰ ਤਕਲੀਫ ਇਹ ਗੱਲ ਦੀ ਕਿ ਇਹਨਾਂ ਨੂੰ ਕਿਉਂ ਵੱਧ ਦਿੱਤੇ ਆ? ਇਹ ਸ਼ਾਮ ਨੂੰ 2 ਘੰਟੇ ਆਏ ਨੇ, 500-500 ਰੁਪਇਆ ਲੈ ਲਿਆ ਇਹਨਾਂ ਨੇ, ਅਸੀਂ ਸਾਰੀ ਦਿਹਾੜੀ ਮਰਨ ਡੇ। ਦੁਪਹਿਰ ਵਾਲੇ ਕਹਿੰਦੇ ਅਸੀਂ ਦੁਪਹਿਰ ਦੇ ਮਰਨ ਡੇ, ਇੱਟਾਂ ਚੁੱਕ ਚੁੱਕ ਕੇ ਢੋ ਢੋ ਕੇ ਮਰ ਗਏ ਆਪਾਂ, ਬਾਲਟੇ ਢੋ ਢੋ ਕੇ। ਇਹ ਸ਼ਾਮ ਨੂੰ ਆਏ, ਇਹਨਾਂ ਨੇ ਮਾੜਾ ਜਿਹਾ ਝਾੜੂ ਪੂੰਝ ਕੀਤਾ, ਪੂਰੇ ਪੂਰੇ ਪੈਸੇ ਲੈ ਗਏ। ਉਹ ਕਹਿੰਦਾ ਤੁਹਾਨੂੰ ਤੁਹਾਡੇ ਹੱਕ ਦਾ ਦੇ ਦਿੱਤਾ। ਕਹਿੰਦਾ ਨਾ 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 ਨਾ, ਸਾਨੂੰ ਸਾਡਾ ਹੱਕ ਓਨੇ ਦੇਰ ਤੱਕ ਮਨਜ਼ੂਰ ਨਹੀਂ ਜਿੰਨਾ ਤੱਕ ਤੂੰ ਇਹਨਾਂ ਦਾ ਹੱਕ ਨਹੀਂ ਪਾਉਂਦਾ। ਤੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਹੀ ਯਾਰ, ਆਪਾਂ ਦੂਜੇ ਦੀ ਚੀਜ਼ ਵੇਖ ਕੇ ਆਪਣੀ ਖੁਸ਼ੀ ਗਵਾ ਬਹਿੰਦੇ ਹਾਂ। ਆਪਣੀ ਸਾਨੂੰ ਪਰਮਾਤਮਾ ਨੇ ਸਾਡੀ ਜਿੰਨੀ ਮਿਹਨਤ ਬਣਦੀ ਸੀ ਉਹ ਦਿੰਦੀ, ਉਹ ਤੋਂ ਵੱਧ ਦਿੱਤੀ, ਪਰ ਜਦੋਂ ਆਪਾਂ ਦੂਜੇ ਦੀ ਚੀਜ਼ ਨੂੰ ਵੇਖਿਆ, ਸਾਡੀ ਆਪਣੀ ਖੁਸ਼ੀ ਗਾਇਬ ਹੋ ਗਈ। ਅਸੀਂ ਆਪਦੀ ਗੱਡੀ ਲਈ, ਪਰ ਜਦੋਂ ਉਹ ਗੱਡੀ ਗੁਆਂਢੀ ਨੇ ਲੈ ਲਈ, ਸਾਡੀ ਖੁਸ਼ੀ ਗਾਇਬ ਹੋ ਗਈ। ਅਸੀਂ ਆਪਣੀ ਸੋਹਣੀ ਕੋਠੀ ਪਾਈ, ਪਰ ਜਦੋਂ ਕਿਸੇ ਨੇ ਸਾਡੇ ਬਰਾਬਰ ਲਿਆ ਕੇ ਉਸ ਤਰ੍ਹਾਂ ਦੀ ਓਡੀ ਸੋਹਣੀ ਕੋਠੀ ਪਾ ਦਿੱਤੀ, ਉਹ ਤੋਂ ਇੱਕ ਹੀ ਪਾ ਦਿੱਤੀ, ਸਾਡੀ ਖੁਸ਼ੀ, ਸਾਨੂੰ ਉਹ ਸਾਡੀ ਆਪਣੀ ਕੋਠੀ ਬੇਕਾਰ ਲੱਗਣੀ ਸ਼ੁਰੂ ਹੋ ਗਈ। ਸਾਡੀ ਦੁਕਾਨ ਪਰਮਾਤਮਾ ਨੇ ਪਵਾਈ, ਸੋਹਣੀ ਚਲਾਈ, ਜਦੋਂ ਚੱਲਦੀ ਪਈ ਸੀ, ਸਾਡੇ ਸਾਹਮਣੇ ਇੱਕ ਨੇ ਦੁਕਾਨ ਖੋਲ ਲਈ, ਉਹਦੀ ਵੀ ਉਨੀ ਚੱਲਣ ਲੱਗ ਪਈ। ਇਹ ਨਹੀਂ ਕਿ ਸਾਡੀ ਘੱਟ ਗਈ, ਸਾਡੀ ਵੀ ਚੱਲਣ ਦੀ, ਉਹਦੀ ਵੀ ਚੱਲਣ ਦੀ, ਬਰਾਬਰ ਚੱਲਣ ਦੀ, ਪਰ ਸਾਡੀ ਖੁਸ਼ੀ ਗਾਇਬ ਹੋ ਗਈ ਹੁਣ ਕੰਮ ਕਰਨ ਦੀ। ਉਸ ਨੇ ਖਿਆਲ ਆਇਆ ਕਿ ਸਪਲੈਸ਼ ਆਉਂਦਾ ਇੱਕਦਮ, ਯਾਰ ਇਹਨੂੰ ਵੇਚੇ ਤੇ ਇਸ ਵੱਡੀ ਗਈ ਕਿਉਂ? ਬੰਦਾ ਭਾਜੀ ਅੱਜ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਆ, ਬੰਦਾ ਦੂਜੇ ਦੇ ਸੁੱਖਾਂ ਤੋਂ ਦੁਖੀ ਆ। ਉਹ ਇਹ ਕਹਿੰਦਾ ਹੈ ਕਿ ਇਹ ਨਹੀਂ ਕਹਿੰਦਾ ਵੀ ਪਰਮਾਤਮਾ ਮੈਂ ਦੁਖੀ ਆ ਤੇ ਮੈਂ ਇਹਦਾ ਕੋਈ ਹੱਲ ਕੱਢਾਂ। ਉਹ ਕਹਿੰਦਾ ਦੂਜਾ ਸੁਖੀ ਕਿਤਨਾ ਆ, ਤੰਗੀ ਪਰੇਸ਼ਾਨੀ ਇੱਥੇ ਆਉਣ ਦੀ ਆ। ਸੋ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਮਾਰ ਕੇ ਜੀਵਾਂਗੇ, ਜ਼ਿੰਦਗੀ ਓਨੀ ਸੌਖੀ ਤੇ ਵਧੀਆ ਹੋ ਜਾਊਗੀ।